ਹੈਲੋ एवरीवन ਅੱਜ ਆਪਾਂ ਪੰਜਾਬ ਪਟਵਾਰੀ ਦੇ ਐਗਰੀਕਲਚਰ ਸਬਜੈਕਟ ਦੇ ਵਿੱਚੋਂ ਐਗਰੋਨੋਮੀ ਕ੍ਰੋਪਸ ਤੇ ਉਹਨਾਂ ਦੇ origin ਕਰਨ ਜਾ ਰਹੇ ਹਾਂ ਐਗਰੋਨੋਮੀ ਕ੍ਰੋਪਸ ਕਿਹੜੀ ਕਿਹੜੀ ਫਸਲਾਂ ਹੁੰਦੀਆਂ ਨੇ ਉਹਨਾਂ ਦੀ ਕਿਹੜੀ ਕਿਹੜੀ ਐਗਜ਼ਾਮਪਲਸ ਨੇ ਹਰਦੀ ਦੀਆਂ ਫਸਲਾਂ ਸੋਨੇ ਦੀਆਂ ਫਸਲਾਂ ਉਹਨਾਂ ਦੇ ਕਿਹੜੇ ਕਿਹੜੇ origin ਯਾਨੀ ਕਿ ਉਹਨਾਂ ਦਾ ਜਨਮ ਜਿਹੜਾ ਹੈ ਉਹ ਕਿੱਥੋਂ ਹੋਇਆ ਤੇ ਨਾਲ ਨਾਲ ਹੀ ਆਪਾਂ ਇੱਕ ਹੋਰ ਕਰਾਂਗੇ ਟੌਪਿਕ ਇਹਦੇ ਵਿੱਚ ਕਰਾਂਗੇ ਜਿਹੜਾ ਜਿੰਨਾ ਇੰਪੋਰਟੈਂਟ ਜਿਹੜੇ ਡੇਜ਼ ਨੇ ਰਿਲੇਟਡ ਐਗਰੀਕਲਚਰ ਯਾਨੀ ਕਿ ਕਿਹੜੇ ਕਿਹੜੇ ਦਿਨ ਜਿਹੜੇ ਆਪਾਂ ਮਨਾਏ ਜਾਂਦੇ ਨੇ ਐਗਰੀਕਲਚਰ ਦੇ ਰਿਲੇਟਡ ਉਹ ਸਾਰੇ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਪਹਿਲਾ ਹੈ ਜੀ ਕ੍ਰੋਪਿੰਗ ਸੀਜ਼ਨ ਕ੍ਰੋਪਿੰਗ ਸੀਜ਼ਨ ਇੱਕ ਜਿਵੇਂ ਇੱਕ ਸਾਲ ਦੇ ਵਿੱਚ ਜਿਹੜੀਆਂ ਆਪਾਂ ਹੜੀ ਦੀਆਂ ਤੇ ਸੌਣੀ ਦੀਆਂ ਜਿਹੜੀਆਂ ਫਸਲਾਂ ਬੀਜਦੇ ਹਾਂ ਉਸ ਨੂੰ ਆਪਾਂ ਕ੍ਰੋਪਿੰਗ ਸੀਜ਼ਨ ਕਹਿ ਦਿੰਦੇ ਹਾਂ ਉਹ ਕਿਹੜੇ ਕਿਹੜੇ ਜਿਹੜੇ ਸੀਜ਼ਨ ਨੇ ਉਹ ਆਪਾਂ ਇੱਥੇ ਡਿਸਕਸ ਕਰਦੇ ਹਾਂ ਇੱਕ ਹੁੰਦਾ ਰਬੀ ਕ੍ਰੋਪਸ ਜਿਹਨੂੰ ਆਪਾਂ ਹਾੜੀ ਦੀ ਹਾੜੀ ਦੀਆਂ ਫਸਲਾਂ ਕਹਿੰਦੇ ਹਾਂ ਹਾੜੀ ਦੀਆਂ ਫਸਲਾਂ ਇੱਕ ਹੁੰਦਾ ਹੈ ਖਰੀਫ ਕ੍ਰੋਪਸ ਜਿਹਨੂੰ ਆਪਾਂ ਸੌਣੀ ਦੀਆਂ ਫਸਲਾਂ ਕਹਿੰਦੇ ਹਾਂ ਸੌਣੀ ਦੀਆਂ ਫਸਲਾਂ ਰਬੀ ਜਿਹੜੇ ਹਾੜੀ ਦੀਆਂ ਫਸਲਾਂ ਉਹ ਮਿਡ ਨਵੰਬਰ ਦੇ ਵਿੱਚ ਬੀਜੇ ਜਾਂਦੇ ਨੇ ਯਾਨੀ ਕਿ ਉਹਨਾਂ ਦੀ ਸੋਇੰਗ ਜਿਹੜੀ ਹੈ ਉਹ ਮਿਡਲ ਮੰਬਰ ਦੇ ਵਿੱਚ ਹੁੰਦੀ ਹੈ ਤੇ ਉਹਨਾਂ ਦੀ ਜਿਹੜਾ ਹਾਰਵੈਸਟਿੰਗ ਜਿੰਨੀ ਆਪਾਂ ਵੱਡੀ ਕਰ ਲੈਂਦੇ ਹਾਂ ਉਹ ਅਪ੍ਰੈਲ ਤੋਂ ਮਈ ਦੇ ਵਿੱਚ ਹੁੰਦੀਆਂ ਨੇ ਖਰੀਫ ਕ੍ਰੋਪਸ ਯਾਨੀ ਕਿ ਸੋਨੀ ਦੀ ਫਸਲਾਂ ਦੀ ਜਿਹੜੀ ਬਿਜਾਈ ਉਹ ਜੂਨ ਜੁਲਾਈ ਦੇ ਮਹੀਨੇ ਵਿੱਚ ਕੀਤੀ ਜਾਂਦੀ ਹੈ ਜੂਨ ਜੁਲਾਈ ਦੇ ਮਹੀਨੇ ਵਿੱਚ ਕਿਚਨ ਕੀਤੀ ਜਾਂਦੀ ਹੈ ਤੇ ਹਾਰਵੈਸਟਿੰਗ ਜਿਹੜੀ ਹੈ ਉਹਨਾਂ ਦੀ ਅਕਤੂਬਰ ਮਹੀਨੇ ਦੇ ਵਿੱਚ ਕੀਤੀ ਜਾਂਦੀ ਹੈ ਉਸ ਤੋਂ ਅੱਗੇ Z ਜਾਂ ਸਮਰ ਸੀਜ਼ਨ ਕ੍ਰੌਪਸ ਹੁੰਦੀਆਂ ਨੇ ਇਹਨਾਂ ਇਹ ਜਿਹੜੇ Z ਤੇ ਸਮਰ ਸਮਰ ਸੀਜ਼ਨ ਜਿਹੜੀਆਂ ਕ੍ਰੌਪਸ ਹੁੰਦੀਆਂ ਨੇ ਇਹ ਦੋ ਤੋਂ ਟਾਈਮਿੰਗ ਦੀ ਕ੍ਰੌਪਸ ਹੁੰਦੀਆਂ ਨੇ ਇਹ ਮਾਰਚ ਅਪ੍ਰੈਲ ਦੇ ਮਹੀਨੇ ਵਿੱਚ ਜਿਹੜੀ ਹੈ ਉਹਨਾਂ ਦੀ ਸੋਇੰਗ ਯਾਨੀ ਕਿ ਬਿਜਾਈ ਕੀਤੀ ਜਾਂਦੀ ਹੈ ਤੇ ਉਹਨਾਂ ਦੀ ਹਾਰਵੈਸਟਿੰਗ ਜੂਨ ਦੇ ਮਹੀਨੇ ਵਿੱਚ ਕਰ ਲਈ ਜਾਂਦੀ ਹੈ ਇਸ ਤੋਂ ਅੱਗੇ ਹੁਣ ਆਪਾਂ ਜਾਣਦੇ ਹਾਂ ਕਿ ਕਿਹੜੀ ਕਿਹੜੀਆਂ ਰਬੀ ਕ੍ਰੋਪਸ ਉਹਨਾਂ ਦੀ ਐਗਜ਼ਾਮਪਲਸ ਨੇ ਯਾਨੀ ਕਿ ਹੜੀ ਦੀਆਂ ਜਿਹੜੇ ਫਸਲਾਂ ਨੇ ਉਹਨਾਂ ਦੀ ਕਿਹੜੀ ਕਿਹੜੀ ਐਗਜ਼ਾਮਪਲਸ ਨੇ ਸਭ ਤੋਂ ਪਹਿਲਾਂ ਇਹ ਜੀ ਸੀਰੀਅਲ ਸੀਰੀਅਲਸ ਨੂੰ ਆਪਾਂ ਅਨਾਜ ਵੀ ਕਹਿ ਦਿੰਦੇ ਹਾਂ ਅਨਾਜ ਅਨਾਜ ਵਾਲੀਆਂ ਕਿਹੜੀ ਕਿਹੜੀਆਂ ਫਸਲਾਂ ਨੇ ਉਹ ਪੀਟ ਹੋ ਗਿਆ ਕਣਕ ਬਾਰਲੀ ਹੁੰਦਾ ਜੋਵ ਵਿంటర్ ਮੇਜ਼ ਯਾਨੀ ਕਿ ਮੱਕੀ ਇਹ ਸਾਰੀਆਂ ਜਿਹੜੀਆਂ ਐਗਜ਼ਾਮਪਲਸ ਨੇ ਉਹ ਸੀ ਹਿਲਸ ਦੇ ਵਿੱਚ ਆਉਂਦੀਆਂ ਨੇ ਉਸ ਤੋਂ ਬਾਅਦ ਆ ਪਲਸਿਸ ਪਲਸ ਯਾਨੀ ਕਿ ਦਾਣਾਂ ਦੀ ਦਾਣਾ ਫਸਲਾਂ ਜਿਨ੍ਹਾਂ ਜਿਨ੍ਹਾਂ ਤੋਂ ਦਾਣਾ ਬਣਦੀਆਂ ਨੇ ਉਹ ਗਰਾਮ ਹੋ ਗਿਆ ਛੋਲੇ ਲੈਂਟਿਲ ਹੁੰਦਾ ਮਸਰ ਪੀ ਮਟਰ ਸਮਰਮੂੰਗੀ ਇਹ ਸਾਰੇ ਜਿਹੜੀ ਐਗਜ਼ਾਮਪਲਸ ਨੇ ਉਹ ਪਲਸਿਸ ਦੀਆਂ ਨੇ ਓਇਲ ਸੀਡਸ ਜੀ ਓਇਲ ਸੀਡਸ ਉਹ ਜਿਹੜੀਆਂ ਕ੍ਰੋਪਸ ਹੁੰਦੀਆਂ ਨੇ ਜਿਨ੍ਹਾਂ ਤੋਂ ਆਪਾਂ ਨੂੰ ਤੇਲ ਮਿਲਦਾ ਹੈ ਯਾਨੀ ਕਿ ਤੇਲ ਬੀਜ ਫਸਲਾਂ ਜਿਹੜੀਆਂ ਹੁੰਦੀਆਂ ਨੇ ਉਹ ਕਿਹੜੀਆਂ-ਕਿਹੜੀਆਂ ਨੇ ਤੋਰੀਆ ਹੋ ਗਿਆ ਰਾਇਆ ਹੋ ਗਿਆ ਮਸਟਰਡ ਮਸਟਰਡ ਨੂੰ ਆਪਾਂ ਸਰੋਂ ਕਹਿੰਦੇ ਹਾਂ ਤਾਰਾ ਮੀਰਾ ਲਿਨਸੀਡ ਹੁੰਦਾ ਅਲਸੀ ਸਨਫਲਾవర్ ਹੁੰਦਾ ਸੂਰਜਮੁਖੀ ਸੂਰਜਮੁਖੀ ਤੇਸਾ ਫਲਾਵਰ ਹੁੰਦਾ ਕਸੂਮਬੜਾ ਕਸੂਮਬੜਾ ਇਹ ਸਾਰੀਆਂ ਜਿਹੜੀਆਂ ਕ੍ਰੋਪਸ ਨੇ ਉਹ ਆਇਲ ਸੀਡਸ ਵਿੱਚ ਆਉਂਦੀਆਂ ਨੇ ਉਸ ਤੋਂ ਅਗਿਆ ਮੈਡੀਸਨਲ ਤੇ ਐਰੋਮੈਟਿਕ ਕ੍ਰੋਪਸ ਮੈਡੀਸਨਲ ਜਿਹੜੀਆਂ ਕ੍ਰੋਪਸ ਹੁੰਦੀਆਂ ਜਿਨ੍ਹਾਂ ਤੋਂ ਆਪਾਂ ਨੂੰ ਦਵਾਈਆਂ ਮਿਲਦੀਆਂ ਨੇ ਉਹ ਕਿਹੜੀਆਂ ਕਿਹੜੀਆਂ ਕ੍ਰੋਪਸ ਨੇ ਤੇ ਐਰੋਮੈਟਿਕ ਇਟ ਮੀਨਸ ਜਿਨ੍ਹਾਂ ਤੋਂ ਆਪਾਂ ਨੂੰ ਸੁਗੰਧ ਯਾਨੀ ਕਿ ਜਿਨ੍ਹਾਂ ਤੋਂ ਆਪਾਂ ਖੁਸ਼ਬੂ ਜਾਂ ਜਿਨ੍ਹਾਂ ਤੋਂ ਆਪਾਂ ਨੂੰ ਮਸਾਲੇ ਮਸਾਲੇ ਵਾਲੀਆਂ ਜਿਹੜੀਆਂ ਫਸਲਾਂ ਨੇ ਉਹ ਕਿਹੜੀਆਂ ਕਿਹੜੀਆਂ ਨੇ ਉਹ ਪੱਲੀਆ ਬਰੋਕਲੀ ਇਕ ਕੋਰੀਐਂਡਰ ਤਣੀਆਂ ਹੋ ਗਿਆ ਫਨਲ ਹੁੰਦਾ ਸੌਂਫ ਮਿੰਟ ਹੁੰਦਾ ਪੁਦੀਨਾ ਫੈਨਿਊ ਗ੍ਰੀਕ ਹੁੰਦੀ ਐ ਮੈਥੀ ਹਨੀ ਪਲਾਂਟ ਇਟਸੈਟਰਾ ਜਿਹੜੀਆਂ ਸਾਰੀਆਂ ਜਿਹੜੀਆਂ ਐਗਜ਼ਾਮਪਲਸ ਨੇ ਉਹ ਮੈਡੀਸਨਲ ਤੇ ਐਰੋਮੈਟਿਕਸ ਦੀਆਂ ਜਿਹੜੀਆਂ ਐਗਜ਼ਾਮਪਲਸ ਨੇ ਇਸ ਤੋਂ ਬਾਅਦ ਫੋਟੋਕ੍ਰੌਪਸ ਯਾਨੀ ਕਿ ਚਾਰੇ ਵਾਲੀਆਂ ਫਸਲਾਂ ਜਿਹੜੇ ਜਾਨਵਰਾਂ ਨੂੰ ਜਿਹੜਾ ਆਪਾਂ ਚਾਰਾ ਜਿਹੜਾ ਆਪਾਂ ਜਾਨਵਰਾਂ ਨੂੰ ਚਾਰਾ ਪਾਉਂਦੇ ਹਾਂ ਉਹ ਕਿਹੜੀ ਕਿਹੜੀਆਂ ਫਸਲਾਂ ਨੇ ਬਰਸੀਮ ਹੁੰਦਾ ਸ਼ਬਤਲ ਹੋ ਗਿਆ ਦੂਸਰੀ ਨਾ ਹੋ ਗਿਆ ਦੂਸਰੀ ਹੁੰਦਾ ਲਸਣ ਜਵੀ ਹੋਗੀ Oats ਯਾਨੀ ਕਿ ਜਵੀ ਰਾਇਆ ਜਰਾਇਆ ਗਰਾਸ ਹੋ ਗਿਆ ਸੈਂਜੀ ਹੋ ਗਿਆ ਸਰ ਇਹ ਜਿਹੜੀ ਐਗਜ਼ਾਮਪਲਸ ਨੇ ਉਹ ਫੋਟੋਗ੍ਰਾਫਸ ਦੀਆਂ ਐਗਜ਼ਾਮਪਲਸ ਨੇ ਤੁਸੀਂ ਇਹਨਾਂ ਨੂੰ ਜਿਹੜਾ ਹੈ ਯਾਦ ਕਰ ਲੈਣਾ ਹੈ ਉਸ ਤੋਂ ਅੱਗੇ ਹੈ ਜੀ ਖਰੀਫ ਕ੍ਰੋਪਸ ਯਾਨੀ ਕਿ ਸੌਣੇ ਦੀਆਂ ਕਿਹੜੀਆਂ-ਕਿਹੜੀਆਂ ਫਸਲਾਂ ਨੇ ਉਹ ਆਪਾਂ ਦੇਖਦੇ ਹਾਂ ਸੀਰੀਅਲਸ ਯਾਨੀ ਕਿ ਅਨਾਜ ਵਾਲੀਆਂ ਜਿਹੜੀਆਂ ਫਸਲਾਂ ਨੇ ਉਹ ਰਾਈਸ ਰਾਈਸ ਨੂੰ ਆਪਾਂ ਹੋਰ ਪੈਡੀ ਕਹਿੰਦੇ ਹਾਂ ਚੌਨਾ ਮੇਜ਼ ਹੋ ਗਿਆ ਮੱਕੀ ਸੋਰਗਮ ਜਵਾਰ ਪਰਲਮੀਲੇਟ ਹੁੰਦਾ ਬਾਜਰਾ ਤੇ ਫਿੰਗਰ ਮਿਲੇਟ ਰੱਗੀ ਇਹ ਸਾਰੀਆਂ ਜਿਹੜੀ ਐਗਜ਼ਾਮਪਲਸ ਨੇ ਉਹ ਸੀਰੀਅਲ ਅਨਾਜ ਦੇ ਵਿੱਚ ਆਉਂਦੀਆਂ ਨੇ ਉਸ ਤੋਂ ਅੱਗੇ ਪਲਸਿਸ ਪਲਸਿਸ ਮੀਨਸ ਯਾਨੀ ਕਿ ਦਾਣਾਂ ਜਿਨ੍ਹਾਂ ਦਾਪਾਂ ਦਾਣਾ ਮਿਲਦੀਆਂ ਨੇ ਉਹ ਹੁੰਦੀ ਹੈ ਅਰਹਰ ਮੂੰਗੀ ਸੋਇਆਬੀਨ ਇਹ ਜਿਹੜੀਆਂ ਐਗਜ਼ਾਮਪਲਸ ਨੇ ਉਹ ਪਲਸਿਸ ਦੇ ਅੰਦਰ ਆਉਂਦੀਆਂ ਨੇ ਉਸ ਤੋਂ ਅੱਗੇ ਕੈਸ਼ ਕ੍ਰੋਪਸ ਕੈਸ਼ ਕ੍ਰੋਪਸ ਉਹ ਕ੍ਰੋਪਸ ਹੁੰਦੀਆਂ ਨੇ ਜਿਨ੍ਹਾਂ ਤੋਂ ਆਪਾਂ ਨੂੰ ਜ਼ਿਆਦਾ ਮਤਲਬ ਆ ਜ਼ਿਆਦਾ ਖੇਚਲ ਦੀ ਪੈਂਦੀ ਆ ਨਹੀਂ ਨਾ ਕਿ ਹਾਰਵੈਸਟਿੰਗ ਤੋਂ ਬਾਅਦ ਆਪਾਂ ਸਿੱਧਾ ਉਹਨਾਂ ਨੂੰ ਵੇਚ ਕੇ ਜਿਹੜਾ ਹੈ ਕੈਸ਼ ਯਾਨੀ ਕਿ ਪੈਸੇ ਜਿਹੜੇ ਆਪਾਂ ਪ੍ਰਾਪਤ ਕਰ ਸਕਦੇ ਆ ਉਹ ਜਿਹੜੀਆਂ ਫਸਲਾਂ ਨੇ ਕੋਟਨ ਹੋ ਗਿਆ ਨਰਮਾ ਹੋ ਗਿਆ ਜੂਟ ਹੁੰਦੀ ਆ ਪਟਸਨ 슈ਗਰ ਕੈਨ ਗੰਨਾ ਝੂਟ ਦੀਆਂ ਤੁਸੀਂ ਬੁਰੀਆਂ ਦੇਖੀਆਂ ਹੋਣਗੀਆਂ ਕਿ ਰਾਈਸ ਯਾਨੀ ਕਿ ਚੌਨੇ ਤੇ ਜਦੋਂ ਕਣਕ ਦੀ ਜਿਹੜੀ ਬੋਰੀਆਂ ਪਰੀ ਜਾਣਦੇ ਨੇ ਉਹ ਜਿਹੜੀਆਂ ਬੋਰੀਆਂ ਯਾਨੀ ਕਿ ਬੈਗ ਜਿਹੜੇ ਹੁੰਦੇ ਨੇ ਉਹ ਪਟਸਨ ਯਾਨੀ ਕਿ ਝੂਟ ਤੇ ਬਣੇ ਹੋਏ ਹੁੰਦੇ ਨੇ ਉਸ ਤੋਂ ਅੱਗੇ ਹੈ ਆਇਲ ਸੀਡਸ ਯਾਨੀ ਕਿ ਤੇਲ ਵਾਲੀਆਂ ਜਿਹੜੀਆਂ ਤੇਲ ਬੀਜ ਫਸਲਾਂ ਜਿਹੜੀਆਂ ਹੁੰਦੀਆਂ ਨੇ ਉਹ ਕਿਹੜੀਆਂ ਨੇ ਗਰਾਊਂਡਨਟ ਹੋ ਗਿਆ ਮੂੰਗਫਲੀ ਸੀ ਸਮੁੰਦਰ ਤਿੱਲ ਇਹ ਜਿਹੜੀ ਦੋ ਐਗਜ਼ਾਮਪਲਸ ਨੇ ਆਇਲ ਸੀਡਸ ਵਿੱਚ ਆਉਂਦੀਆਂ ਨੇ ਉਸ ਤੋਂ ਬਾਅਦ ਅਦਰ ਕ੍ਰੋਪਸ ਅਦਰ ਕ੍ਰੋਪਸ ਦੇ ਵਿੱਚ ਗੁਵਾਰਾ ਹੋ ਗਿਆ ਟਰਮਰਿਕ ਹੋ ਗਈ ਹਲਦੀ ਟਰਮਰਿਕ ਹੁੰਦਾ ਹਲਦੀ ਸਨ ਹੈਂਪ ਹੋ ਗਿਆ ਸਣ ਤੇ ਟੈਂਚਾ ਟੈਂਚਨ ਦਾ ਜੰਤਰਮੰਤਰ ਜੰਤਰਮੰਤਰ ਇਹ ਜਿਹੜੀਆਂ ਕ੍ਰੋਪਸ ਨੇ ਅਦਰ ਕ੍ਰੋਪਸ ਦੇ ਵਿੱਚ ਆਉਂਦੀਆਂ ਨੇ ਗੁਵਾਰਾ ਸੰ ਹੈmp ਤੇ ਟੈਂਚਾ ਇਹਨਾਂ ਨੂੰ ਆਪਾਂ ਗ੍ਰੀਨ ਮੈਨਿਊਰਿੰਗ ਕ੍ਰੋਪਸ ਵੀ ਕਹਿ ਦਿੰਦੇ ਹਾਂ ਗ੍ਰੀਨ ਮੈਨਿਊਰਿੰਗ ਹਰੀ ਖਾਦ ਇਹਨਾਂ ਨੂੰ ਜ਼ਮੀਨ ਦੇ ਵਿੱਚ ਉਗਾ ਕੇ ਫਿਰ ਉਹਨਾਂ ਦੀ ਜਿਹੜੇ ਆ ਉਹਨਾਂ ਨੂੰ ਜ਼ਮੀਨ ਦੇ ਵਿੱਚ ਜਿਹੜਾ ਦੱਬ ਦਿੱਤਾ ਜਾਂਦਾ ਹੈ ਤਮੀਆਂ ਨਾਲ ਜਿਹੜਾ ਇਹਨੂੰ ਇਨਕੋਰਪੋਰੇਟ ਜਿਹੜਾ ਫਸਲ ਨੂੰ ਕਰ ਦਿੱਕਤਾ ਜਾਂਦਾ ਹੈ ਮਿੱਟੀ ਦੇ ਵਿੱਚ ਇਹ ਜਿਹੜੀਆਂ ਕ੍ਰੋਪਸ ਹੁੰਦੀਆਂ ਨੇ ਇਹ ਸੋਇਲ ਦੀ ਜਿਹੜੀ ਫਰਟੀਲਿਟੀ ਨੂੰ ਇਨਕਰੀਸ ਕਰਦੀਆਂ ਨੇ ਉਸ ਤੋਂ ਅਗੇ ਫੋਡੋ ਕ੍ਰੋਪਸ ਫੋਡੋ ਕ੍ਰੋਪਸ ਯਾਨੀ ਕਿ ਚਾਰੇ ਵਾਲੀਆਂ ਜਿਹੜੀਆਂ ਫਸਲਾਂ ਨੇ ਉਹ ਕਿਹੜੀ-ਕਿਹੜੀਆਂ ਨੇ ਮੱਕੀ ਹੋ ਗਿਆ ਜਵਾਰ ਹੋ ਗਿਆ ਬਾਜਰਾ ਨੀਪੀਅਰ ਬਾਜਰਾ ਨੀਪੀਅਰ ਬਾਜਰਾ ਤੁਸੀਂ ਤੇ ਕੀ ਹੋਊਗਾ ਕਿ ਉਹ ਬਾਜਰੇ ਦੀ ਸ਼ੇਪ ਦਾ ਹੀ ਹੁੰਦਾ ਹੈ ਪਰ ਉਹਦੀ ਜਿਹੜੇ ਕਟਿੰਗਸ ਨੇ ਉਹ ਇੱਕ ਸਾਲ ਦੇ ਵਿੱਚ ਬਹੁਤ ਜਿਹੜੀਆਂ ਕਟਿੰਗਸ ਲੈ ਸਕਦੇ ਹਾਂ ਉਹ ਸਾਰਾ ਸਾਲ ਜਿਹੜਾ ਆਚਾਰ ਉਪਲਬ ਉਪਲਬਿਤ ਜਿਹੜਾ ਰਹਿੰਦਾ ਹੈ ਜਿਹੜਾ ਜਿਹੜਾ ਜਾਨਵਰਾਂ ਦੇ ਲਈ ਆਪਾਂ ਜਿਹੜਾ ਆਚਾਰ ਪਾਉਂਦੇ ਹਾਂ ਪਸ਼ੂਆਂ ਦੇ ਲਈ ਉਹ ਮੱਕੀ ਦਾ ਸਭ ਤੋਂ ਮੱਕੀ ਦਾ ਜਿਹੜਾ ਆਚਾਰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਕਿ ਮੱਕੀ ਦਾ ਆਚਾਰ ਆਪਾਂ ਦੇਖਿਆ ਹੋਊਗਾ ਕਿ ਜਿਹੜੇ ਪਸ਼ੂ ਜਾਨਾ ਰੱਖਦੇ ਹੈ ਉਹ ਮੱਕੀ ਦਾ achar ਹੀ ਜ਼ਿਆਦਾ ਕਰਕੇ ਪਾਉਂਦੇ ਹੈ ਕਿਉਂਕਿ ਜੋ ਜਵਾਰ ਦਾ ਜਿਹੜਾ achar ਹੈ ਉਹ ਪੈਰੀਸ਼ੀਬਲ ਹੈ ਕਿਉਂਕਿ ਇਹ ਬਹੁਤ ਹੀ ਘੱਟ ਚੱਲਦਾ ਹੈ ਤੇ ਉਹ ਖਰਾਬੀ ਹੋ ਜਾਂਦਾ ਹੈ ਜਿਹੜਾ ਮੱਕੀ ਦਾ achar ਜਿਹੜਾ ਹੁੰਦਾ ਹੈ ਮੱਕੀ ਦੀ ਫਸਲ ਦਾ achar ਉਹ ਜ਼ਿਆਦਾ ਦਿਨ ਤੱਕ ਚੱਲਦਾ ਹੈ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਜੀ ਸੀ ਜ਼ੈਡ ਤੇ ਸਮਰ ਸੀਜ਼ਨ ਕ੍ਰੋਪਸ ਕਿਹੜੀ ਹੁੰਦੀਆਂ ਨੇ ਜਿਹੜੀ ਕਿ ਦੋ ਤੋਂ ਲੈ ਕੇ ਟਾਈਮਿੰਗ ਦੀ ਜਿਹੜੀਆਂ ਕ੍ਰੋਪਸ ਹੁੰਦੀਆਂ ਨੇ ਉਹ ਜਿੰਨਾ ਦੀ ਵੱਡੀ ਜਿਹੜੀ ਹੈ ਜੂਨ ਦੇ ਵਿੱਚ ਹੁੰਦੀ ਹੈ ਹਾਰਵੈਸਟਿੰਗ ਜਿਹੜੀ ਹੈ ਜੂਨ ਦੇ ਵਿੱਚ ਹੁੰਦੀ ਹੈ ਉਹ ਐਗਜ਼ਾਮਪਲਸ ਨੇ ਕਕੁੰਬਰ ਯਾਨੀ ਕਿ ਖੀਰਾ ਖੀਰਾ ਵਾਲੀ ਜਿਹੜੀ ਫਸਲ ਨੇ ਉਹ ਇਹਦੀ ਐਗਜ਼ਾਮਪਲਸ ਦੇ ਵਿੱਚ ਆਉਂਦੀਆਂ ਨੇ ਉਹ ਤੋਂ ਬਿਟਰ ਗੋੜ ਬਿਟਰ ਗੋੜ ਹੁੰਦਾ ਕਰੇਲਾ ਪੰਪਕਿਨ ਕद्दू ਪੇਠਾ ਕद्दू ਵਾਟਰਮੈਲਨ ਹੁੰਦਾ ਮਤੀਰਾ ਪਾਣੀ ਜਿਹਦੇ ਵਿੱਚ ਪਾਣੀ ਹੁੰਦਾ ਹੈ ਪਾਣੀ ਵਾਲਾ ਮਤੀਰਾ ਤੇ ਮਸਕ ਵਾਲਾ ਹੁੰਦਾ ਖਰਬੂਜਾ ਮੂੰਗੀ ਦਾਲ ਇਹ ਜਿਹੜੀ ਸਾਰੀ ਐਗਜ਼ਾਮਪਲਸ ਨੇ ਉਹ ਜੈਡ ਸੀ ਜੈਡ ਸੀਜ਼ਨ ਜਾਂ ਸਮਰ ਸੀਜ਼ਨ ਦੀਆਂ ਕ੍ਰੋਪਸ ਦੇ ਵਿੱਚ ਆਉਂਦੀਆਂ ਨੇ ਉਸ ਤੋਂ ਅੱਗੇ ਹੈ ਜੀ ਸੀ 3 ਤੇ ਸੀ 4 ਸਾਈਕਲਸ ਜੀ ਜਿਹੜੇ ਕਿਹੜੀਆਂ ਐਗਜ਼ਾਮਪਲਸ ਨੇ ਪਹਿਲਾ ਪਾਣੀ ਵਾਲੀਆਂ ਐਗਜ਼ਾਮਪਲਸ ਨੂੰ ਆਪਾਂ ਜਾਣ ਲੈਂਦੇ ਹਾਂ ਰਾਈਸ ਹੋ ਗਿਆ ਵੀਟ ਹੋ ਗਿਆ ਰਾਈਸ ਹੋ ਗਿਆ ਵੀਟ ਹੋ ਗਿਆ ਜੋ ਵੀ ਹੋਗੀ ਬਾਹਰਲੀ ਹੁੰਦਾ ਜੋ ਹੋ ਗਿਆ ਨਰਮਾ ਹੋ ਗਿਆ ਕੋਟਨ ਪੀਨਟਸ ਹੋ ਗਿਆ ਸਪਿਨਚ ਪਾਲਕ ਹੋ ਗਿਆ ਫੈਨਿਓਗ੍ਰਿਕ ਮੇਥੀ ਹੋ ਗਈ ਸੋਇਆਬੀਨ ਹੋ ਗਿਆ ਛੋਲੇ ਹੋ ਗਏ ਗ੍ਰਾਮ ਪੀ ਮਟਰ ਹੋ ਗਈ 슈ਗਰ ਬੀਟ ਹੁੰਦਾ ਸ਼ਕਰਗੰਦੀ ਤੇ C3 C4 ਦੇ ਵਿੱਚ ਪਹਿਲਾਂ ਆਪਾਂ ਡਿਫਰੈਂਸ ਵੀ ਆਪਾਂ ਦੇਖ ਲੈਂਦੇ ਹਾਂ ਕੀ ਹੁੰਦਾ C3 ਜਿਹੜੀ ਕ੍ਰੋਪਸ ਹੁੰਦੀਆਂ ਨੇ ਉਹਦੇ ਵਿੱਚ ਜਿਹੜਾ ਹੈ 95% ਜਿਹੜਾ ਹੈ ਪਲਾਂਟ ਉਹ ਹਰਾ ਰਹਿੰਦਾ ਹੈ ਤੇ 5% ਜਿਹੜਾ ਪਲਾਂਟ ਉਹ ਸੁੱਕ ਜਾਂਦਾ ਹੈ ਤੇ ਜਿਹੜਾ C4 ਹੈ ਇਹ C AC3 ਦੀ ਐਗਜ਼ਾਮਪਲ ਹੈ ਜਿਹੜਾ ਹੈ ਇਹ C4 ਦੇ ਵਿੱਚ ਜੇ ਆਪਾਂ ਗੱਲ ਕਰੀਏ ਤੇ 95% ਜਿਹੜਾ ਹੈ ਪਲਾਂਟ ਉਹ ਸੁੱਕ ਜਾਂਦਾ ਹੈ ਤੇ ਸਿਰਫ ਜਿਹੜਾ 5% ਹੈ ਉਹੀ ਪਲਾਂਟ ਜਿਹੜਾ ਹੈ ਹਰਾ ਰਹਿੰਦਾ ਹੈ ਉਹਦੇ ਵਿੱਚ C3 ਦੇ ਵਿੱਚ ਤੁਸੀਂ ਐਗਜ਼ਾਮਪਲ ਹੁਣ ਇੱਥੋਂ ਦੇਖ ਲਈਆਂ ਹੋਣਗੀਆਂ ਕਿ ਕਿਹੜੀ ਕਿਹੜੀ ਐਗਜ਼ਾਮਪਲ ਨੇ C4 ਦੇ ਵਿੱਚ ਆਪਾਂ ਐਗਜ਼ਾਮਪਲ ਦੇਖ ਲੈਨੇ ਆ ਕਿ ਮੇਜ਼ ਹੁੰਦੀ ਹੈ 슈ਗਰ ਕੈਨ ਹੁੰਦਾ ਹੈ ਪਰਲ ਮਿਲਟ ਹੁੰਦੀ ਹੈ ਜਿਹੜਾ ਸੋਰਗਮ ਜਵਾਰ ਹੁੰਦਾ ਹੈ ਪਰਲ ਮਿਲਟ ਉਹ ਹੀ ਬਾਜਰਾ ਹੁੰਦਾ ਹੈ ਇਹ ਜਿਹੜੀਆਂ ਸਾਰੀ ਐਗਜ਼ਾਮਪਲਸ ਨੇ ਉਹ ਸੀ3 ਤੇ ਸੀ4 ਦੀਆਂ ਐਗਜ਼ਾਮਪਲ ਨੇ ਇਹਦੇ ਵਿੱਚੋਂ ਕੁਐਸਚਨ ਬਹੁਤ ਵਾਰੀ ਪੁੱਛੇ ਜਾ ਸਕਦਾ ਪੁੱਛਿਆ ਜਾ ਚੁੱਕਿਆ ਹੈ ਕਿ ਸੀ3 ਦੀ ਸੀ3 ਪਲਾਂਟਸ ਤੇ ਸੀ3 ਸਾਈਕਲਸ ਦੀਆਂ ਜਿਹੜੀਆਂ ਕ੍ਰੋਪਸ ਉਹਨਾਂ ਦੀ ਐਗਜ਼ਾਮਪਲ ਦਿਓ ਜਾਂ ਫਿਰ ਤੁਹਾਨੂੰ ਜਿਹੜੀ ਇੱਕ ਇੱਕ ਐਗਜ਼ਾਮਪਲ ਦੇ ਦੇਣਗੇ ਜਿਵੇਂ 슈ਗਰ ਕੇਂਦ ਦੇ ਦੇਣਗੇ ਤੁਸੀਂ ਤੁਹਾਡੇ ਕੋਲ ਪੁੱਛਣਗੇ ਸੀ ਐਸੀ3 ਸਾਈਕਲਸ ਦੀ ਐਸੀ4 ਦੀ ਐਸੀ2 ਦੀ ਇਹ ਕਿਹੜੀ ਸਾਈਕਲਸ ਸੀ ਹੈ ਜਿਹੜੀ ਐਗਜ਼ਾਮਪਲ ਹੈ ਤੁਸੀਂ অপਸ਼ਨ ਦੇ ਹਿਸਾਬ ਨਾਲ ਜਿਹੜਾ ਹੈ ਟਿਕ ਕਰਕੇ ਆਉਣਾ ਹੈ ਉਸ ਤੋਂ ਅੱਗੇ ਆਪਾਂ ਜਾਣਦੇ ਹਾਂ ਕਿ ਜਿਹੜਾ ਫਸਲਾਂ ਦਾ origin ਯਾਨੀ ਕਿ ਉਹਨਾਂ ਦਾ ਜਨਮ ਕਿੱਥੋਂ ਆ ਕਿੱਤੋਂ ਇਹ original ਹੋਈਆਂ ਸਭ ਤੋਂ ਪਹਿਲੀ crops ਹੈ rice, jute, ਝੋਨੇ ਤੇ ਪਟਸਨ ਦੀ ਜਿਹੜੀ ਫਸਲ ਹੈ ਉਹ ਇੰਡੋਬਰਮਾ ਦਾ origin ਹੈ ਉਤੋਂ ਇਹ originate ਹੋਈਆਂ ਸੀ ਉਸ ਤੋਂ ਅੱਗੇ ਹੈ wheat, ਕਣਕ ਤੇ ਛੋਲੇ ਇਹਨਾਂ ਦਾ origin ਸਾਊਥ-ਵੈਸਟ ਏਸ਼ੀਆ ਤੋਂ ਹੋਇਆ ਸੀ ਉਸ ਤੋਂ ਅੱਗੇ ਹੈ maize, maize ਯਾਨੀ ਕਿ ਮੱਕੀ ਤੰਬਾਕੂ ਇਹਨਾਂ ਦਾ ਜਿਹੜਾ origin ਹੈ ਉਹ ਮੈਕਸੀਕੋ ਯਾਨੀ ਕਿ ਸੈਂਟਰਲ ਅਮਰੀਕਾ ਤੋਂ ਹੋਇਆ ਸੀਗਾ ਉਸ ਤੋਂ ਅੱਗੇ ਹੈ ਜਵਾਰ ਜਵਾਰ ਦਾ ਜਿਹੜਾ ਹੈ origin ਉਹ ਇਥੋਪੀਆ ਤੇ ਸੁਡਾਨ ਜਿਹੜਾ ਹੈ ਇਹਦਾ origin ਹੈ ਉਸ ਤੋਂ ਅੱਗੇ ਹੈ ਬਾਜਰਾ ਬਾਜਰਾ ਜਿਹੜਾ ਹੈ ਉਹ ਅਫਰੀਕਾ ਤੋਂ ਜਿਹੜਾ ਹੈ origin ਹੋਇਆ ਸੀਗਾ ਬਾਰਲੀ ਬਾਰਲੀ ਜਿਹੜਾ ਹੈ ਐਫਸੀਨੀਆ ਬਾਰਲੀ ਹੁੰਦਾ ਜੋ ਐਫਸੀਨੀਆ ਇਥੋਪੀਆ ਜਿਹੜਾ ਹੈ ਇੱਥੋਂ origin ਹੋਇਆ ਹੈ ਉਸ ਤੋਂ ਅੱਗੇ ਹੈ ਮੂੰਗੀ ਇਹਨੂੰ ਮੂੰਗੀ ਜਾਂ ਉੜਦ ਹੋ ਗਿਆ ਕਾਟਨ ਹੋ ਗਿਆ ਬਰੀਂਜਲ ਹੋ ਗਿਆ ਬਰੀਂਜਲ ਨੂੰ ਦਾ ਬੈਂਗਣ ਇਹਨਾਂ ਦਾ ਜਿਹੜਾ origignal ਉਹ ਇੰਡੀਆ ਤੋਂ ਹੋਇਆ ਸੀਗਾ ਤੇ ਉਸ ਅੱਗੇ ਹੈ ਸੋਇਆਬੀਨ ਸੋਇਆਬੀਨ ਹੋ ਗਿਆ ਰਾਈ ਹੋ ਗਿਆ ਟੀ ਹੋ ਗਿਆ ਮਸਟਰਡ ਹੋ ਗਿਆ ਇਹ ਸਾਰੇ ਜਿਹੜੇ origignal ਉਹ ਚਾਈਨਾ ਤੋਂ ਹੋਏ ਸੀਗੇ ਦੋਸਤੋ ਅੱਗੇ ਹੈ ਗਰਾਊਂਡ ਨਟ ਗਰਾਊਂਡ ਨਟ ਜਿਹੜਾ origignal ਉਹ ਬ੍ਰਾਜ਼ੀਲ ਤੋਂ ਹੋਇਆ ਹੈ ਤੇ ਪੋਟੈਟੋ ਤੋਂ ਜਿਹੜਾ origignal ਉਹ ਸਾਊਥ ਅਮਰੀਕਾ ਦੇ ਵਿੱਚ ਹੋਇਆ ਹੈ ਹੁਣ ਆਪਾਂ ਗੱਲ ਕਰਦੇ ਹਾਂ ਕਿ ਕਿਹੜੇ-ਕਿਹੜੇ ਇੰਪੋਰਟੈਂਟ ਜਿਹੜੇ ਡੇਜ਼ ਨੇ ਜਿਹੜੇ ਐਗਰੀਕਲਚਰ ਦੇ ਨਾਲ ਰਿਲੇਟਡ ਨੇ ਜਿਹੜੇ ਮਨਾਏ ਜਾਂਦੇ ਨੇ ਪਹਿਲਾ ਹੈ 15 ਮਾਰਚ 15 ਮਾਰਚ ਨੂੰ ਵਰਲਡ ਕੰਜ਼ਿਊਮਰ ਡੇ ਮਨਾਇਆ ਜਾਂਦਾ ਹੈ ਦੂਜਾ ਹੈ 21 ਮਾਰਚ ਯਾਨੀ ਕਿ 21st ਮਾਰਚ ਨੂੰ ਜਿਹੜਾ ਵਰਲਡ ਫੋਰੈਸਟਰੀ ਡੇ ਮਨਾਇਆ ਜਾਂਦਾ ਹੈ ਤੇ 30th ਮਾਰਚ 30 ਮਾਰਚ ਨੂੰ ਜਿਹੜਾ ਹੈ ਰਾਜਸਥਾਨ ਡੇ ਮਨਾਇਆ ਜਾਂਦਾ ਹੈ 5 ਜੂਨ ਇਹ ਬਹੁਤ ਇੰਪੋਰਟੈਂਟ ਹੈ 5 ਜੂਨ ਨੂੰ ਵਰਲਡ এনवायरमेंट डे ਯਾਨੀ ਕਿ ਵਾਤਾਵਰਨ ਦਾ ਜਿਹੜਾ ਵਾਤਾਵਰਨ ਦਿਵਸ 5 ਜੂਨ ਨੂੰ ਮਨਾਇਆ ਜਾਂਦਾ ਹੈ 11 ਜੁਲਾਈ 11 ਜੁਲਾਈ ਨੂੰ ਵਰਲਡ ਪੋਪੂਲੇਸ਼ਨ ਡੇ ਮਨਾਇਆ ਜਾਂਦਾ ਹੈ 16 ਜੁਲਾਈ 16 ਜੁਲਾਈ ਨੂੰ ICAR ਡੇ ਯਾਨੀ ਕਿ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਜਿਹੜੀ ਇੰਸਟੀਚਿਊਟ ਦਿੱਲੀ ਦੇ ਵਿੱਚ ਹੈਗੀ ਹੈ ਇਹ ਇਸ ਦਿਨ 16 ਜੁਲਾਈ ਨੂੰ ਇਹ ਸਥਾਪਿਤ ਹੋਈ ਸੀਗੀ ਇਸ ਤੇ ਇਸ ਕਰਕੇ ਜਿਹੜਾ ਹੈ 16 ਜੂਨ 16 ਜੁਲਾਈ ਨੂੰ ਹੈ ਆਈਸੀਆਰ ਡੇ ਮਨਾਇਆ ਜਾਂਦਾ ਹੈ ਉਸ ਤੋਂ ਅਗੇ 16 ਸਪਟੈਂਬਰ 16 ਸਪਟੈਂਬਰ ਦੇ ਵਿੱਚ ਓਜ਼ੋਨ ਡੇ ਮਨਾਇਆ ਜਾਂਦਾ ਹੈ ਤੇ 16 ਅਕਤੂਬਰ ਦੇ ਵਿੱਚ ਜਿਹੜਾ ਹੈ ਵਰਲਡ ਫੂਡ ਡੇ ਇਹ ਮਨਾਇਆ ਜਾਂਦਾ ਹੈ ਇਹ ਤੁਸੀਂ ਇੱਕ 5 ਜੂਨ 16 ਜੁਲਾਈ ਤੇ ਇੱਕ ਓਜ਼ੋਨ ਡੇ ਜਿਹੜੇ ਤਿੰਨੇ ਇਹ ਯਾਦ ਰੱਖਣੇ ਹਨ ਕਿਉਂਕਿ ਇਹਨਾਂ ਤੋਂ ਕੁਐਸਚਨ ਜਿਹੜੇ ਹੈ ਪੁੱਛੇ ਜਾ ਪੁੱਛੇ ਜਾ ਸਕਦੇ ਹਨ ਦੋਸਤੋ ਅੱਗੇ ਆਪਾਂ ਗੱਲ ਕਰਦੇ ਹਾਂ ਕਿ 4 ਦਸੰਬਰ ਨੂੰ ਜਿਹੜਾ ਹੈ ਉਹ ਊਮਨ ਇਨ ਐਗਰੀਕਲਚਰ ਡੇ ਮਨਾਇਆ ਜਾਂਦਾ ਹੈ ਤੇ ਇਹ ਵੀ ਬਹੁਤ ਇੰਪੋਰਟੈਂਟ ਹੈ 23 ਦਸੰਬਰ ਨੂੰ ਆ ਕਿ ਸੰਡੇ ਮਨਾਇਆ ਜਾਂਦਾ ਹੈ ਉਮੀਦ ਕਰਦਾ ਹਾਂ ਅੱਜ ਦਾ ਜਿਹੜਾ ਲੈਕਚਰ ਹੈ ਤੁਹਾਨੂੰ ਸਮਝ ਆ ਗਿਆ ਹੋਵੇਗਾ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ ਉਦ ਤੱਕ ਲਈ ਰੱਖੋ ਆਪਦਾ ਖਿਆਲ ਧੰਨਵਾਦ